कुछ बीएड के एस्पिरेंट जो एडमिशन लेना चाहते ने उन्हां दे नॉट एलिजिबल भी आंदा सी, कुछ होर प्रॉब्लम सी। वैसे तो यह डेट अज निकल चुकी है। फीस जमा कराने की भी डेट 4 हुई सी, 4 बजे तक के मैं नहीं पा सकिया, इसलिए माफ़ी मंगता हाँ। लेकिन चॉइस फिलिंग द कीपिंग इन व्यू मल्टीपल रिक्वेस्ट ऑफ कैंडिडेट लास्ट डेट फॉर अपडेटिंग क्वालिफाइंग डिग्री मार्क्स हैज़ बीन एक्सटेंडेड अप टू 5th 5 तक के वध चुकी है। जिहड़ी क्वालिफाइंग मार्क्स तुसी एक्सटेंड करने ने, कलर चेंज करके पाया है कि दोबारा दोबारा देख सकते हो। ब्लैक वाला ब्लैक आउट हो चुका है, रेड वाला हजे कल तक अलर्ट है, कल तक तुसी चॉइस फिलिंग कर सकते हो। चॉइस फिलिंग दोबारा जे तुसी सेम भी रखनी है एक बार चेक जरूर करो। दूसरा है कि चॉइस फिलिंग का मतलब है कॉलेज भी चेंज कर सकते हैं, मेजर सब्जेक्ट भी चेंज कर सकते हैं, और माइनर के मुताबिक उसनों देख के कुछ भी 1, 2, 3, 4, 10 तक कॉलेज तुसी ऐड कर सकते हैं, है ना। नंबर ऑफ कॉलेज प्रेफरेंस जिहड़ियां भरनियां वो बदल सकते हैं, कुछ भी कर सकते हैं, तुहाडा राइट है। कीपिंग इन व्यू मल्टीपल रिक्वेस्ट ऑफ कैंडिडेट लास्ट डेट फॉर चॉइस फिलिंग हैज़ बिन एक्सटेंडेड टू 5th टीचर्स डे वाले ते कल तक दिन तक थोड़ी वधाई गई है। एक तो जिहड़े जिन्हां दे रिजल्ट नहीं से आए उन्हां दी प्रॉब्लम सॉल्व है। थैंक यू अमित कौर सर, जिहड़े रिक्वेस्ट नूं मन के तुहाडे टेंशन नूं घटाउंदे ने। दूसरा है कि जिहड़ा तुसीं चॉइस फिलिंग करनी है उसकी भी कल लास्ट डेट है। टाइम नहीं दिता होया, कोशिश करना कि 4 बजे तक, जे इत्थे 4 बजे दिता है 4 बजे तक कंप्लीट कर लो, ठीक, वड्डा टास्क नहीं है। इस तो अलावा कोई भी होर प्रॉब्लम आती है वो तुसी ईमेल जरूर कर दो। ये जिहड़े तुसी ईमेल कीतियां हन, तुहानू एक ही सुजैशन दिंदा सी जदों मेरे कोल भी कोई सल्यूशन नहीं सी हुंदा, पर सल्यूशन ही सी कि मल्टीपल रिक्वेस्ट, वो तुहाडी रिक्वेस्ट मनी जांदी सी और चेंज हो रहा है। ऑल द स्टूडेंट हू आर इंटरस्टेड टू पार्टिसिपेट इन सैकेंड सेंट्रलाइज काउंसलिंग बी एड एडमिशन वी हैव टू फिल फ्रैश चॉइस, ये मेरे ख्याल पुरानी है, हो चुका है, डिस्कस हो चुकी है। सो जे इस तो इलावा किसी की होर कोई भी प्रॉब्लम है ਤਾਂ ਉਹ ਥਰਡ ਕਾਉਂਸਲਿੰਗ ਤੇ ਭਰੋਸਾ ਰੱਖਦੇ ਹਨ ਸਕਦੇ ਹਨ ਜਾਂ ਈਮੇਲ ਕਰ ਸਕਦੇ ਹਨ। ਥਰਡ ਕਾਉਂਸਲਿੰਗ ਵਿੱਚ ਮੈਕਸਿਮਮ ਪ੍ਰੋਬੇਬਿਲਟੀ 100% ਹੈ, ਪਰ ਮੈਂ ਮੈਕਸਿਮਮ ਪ੍ਰੋਬੇਬਿਲਟੀ ਹੈ ਕਿ ਕਿਉਂਕਿ ਤੁਸੀਂ ਕਹਿ ਸਕਦੇ ਹੋ ਕਿ ਸਰ ਤੁਸੀਂ ਕਿਹਾ ਸੀ, ਜਿਨ੍ਹਾਂ ਨੇ ਐਂਟਰੈਂਸ ਟੈਸਟ ਦਿੱਤਾ ਹੈ ਉਹਨਾਂ ਦੀ ਐਡਮਿਸ਼ਨ ਹਰ ਹਾਲਤ ਵਿੱਚ ਹੋ ਜਾਏਗੀ ਜੇ ਉਹ ਐਲੀਜੀਬਲ ਹਨ, ਐਲੀਜੀਬਲ ਹਨ ਅਤੇ ਟੈਸਟ ਦਿੱਤਾ ਹੈ। ਕਿੱਥੇ ਹੋਏਗੀ ਹਾਂ ਇਹ ਹੋ ਸਕਦਾ ਹੈ, ਸਬਜੈਕਟ ਕਿਹੜੇ ਮਿਲਦੇ ਨੇ ਇਹ ਹੋ ਸਕਦਾ ਹੈ। ਦੂਸਰੀ ਇੱਕ ਦੋ ਹੋਰ ਗੱਲਾਂ ਹੈ ਕਿ ਮਾਈਨਰ ਸਬਜੈਕਟ ਤੁਸੀਂ ਜਦ ਤੱਕ ਸਟੂਡੈਂਟਸ ਐਗਜ਼ਾਮ ਦੇ ਤੁਸੀਂ ਫਾਈਨਲ ਯੂਨੀਵਰਸਿਟੀ ਐਗਜ਼ਾਮ ਫਿਲ ਨਹੀਂ ਫੋਰਮ ਕਰਦੇ ਤਾਂ ਉਸ ਤੋਂ ਪਹਿਲਾਂ ਬਦਲਿਆ ਜਾ ਸਕਦਾ ਹੈ। ਇਸ ਲਈ ਵਿਚਾਰ ਕਰ ਲਓ ਕਿਹੜਾ ਰੱਖਣਾ ਹੈ। ਤੁਸੀਂ ਇੰਨੀ ਗਾਈਡੈਂਸ ਆਲਰੇਡੀ ਲੈ ਚੁੱਕੇ ਹੋ, ਉਸ ਦੇ ਆਧਾਰ 'ਤੇ ਪੁਰਾਣੀਆਂ ਵੀਡੀਓ ਦੇਖ ਕੇ ਵੀ ਆਪਣਾ ਵਿਊ ਜਿਹੜਾ ਹੈ ਬੈਟਰ ਕਰ ਸਕਦੇ ਹੋ। ਕਾਰਨ ਇਹ ਹੈ ਕਿ ਫਰਵਰੀ ਵਿੱਚ ਜੋਬਸ ਆ ਰਹੀਆਂ ਹੈ, ਬੇਸ਼ੱਕ ਉਹ ਜੋਬਸ ਤੱਕ ਲਈ ਤੁਸੀਂ ਐਲੀਜੀਬਲ ਨਹੀਂ ਹੋਵੋਗੇ, ਤੁਸੀਂ ਅਪਲਾਈ ਨਹੀਂ ਕਰ ਸਕੋਗੇ, ਪਰ ਉਹ ਜੋਬਸ ਤੁਹਾਨੂੰ ਮੋਟੀਵੇਟ ਕਰਨਗੀਆਂ ਕਿ ਦੇਖੋ ਅਸੀਂ ਆ ਰਹੀਆਂ ਹਨ, ਟੈਟ ਕਲੀਅਰ ਕਰ ਲਓ ਜਾਂ ਸਿਲੈਕਸ਼ਨ ਟੈਸਟ ਦੀ ਤਿਆਰੀ ਕਰੋ। ਸਿਲੈਕਸ਼ਨ ਟੈਸਟ ਬਾਰੇ ਇਨਫੋਰਮੇਸ਼ਨ ਮਿਲੇਗੀ, ਚਲੋ ਮੈਂ ਵੀ ਤੋਂ ਪੁਰਾਣੀਆਂ ਦੀ ਵੀ ਸਿਲੈਕਸ਼ਨ ਟੈਸਟ ਦੀ ਇਨਫੋਰਮੇਸ਼ਨ ਥੋੜ੍ਹੀ ਅਪਡੇਟ ਕਰ ਦਿੰਦਾ ਹਾਂ ਨੈਕਸਟ ਵੀਡੀਓ ਵਿੱਚ। ਸੋ ਆਪਣੇ ਆਪ ਨੂੰ ਜੋੜੇ ਰੱਖੋ, ਨਾਲ ਨਾਲ ਸਿਲੇਬਸ ਵੀ ਕਰਾਂਗੇ, ਸਿਲੇਬਸ ਦੀਆਂ ਵੀਡੀਓ ਵੀ ਹਰ ਯੂਨੀਵਰਸਿਟੀ ਦੀਆਂ ਜਿਹੜੀਆਂ ਮੇਨ ਮੇਨ ਉਹ ਟੋਪਿਕ ਹੋਣਗੇ ਨਾ, ਕੋਸ਼ਿਸ਼ ਕਰਾਂਗੇ ਸਾਰੇ ਹੋ ਜਾਂਦੇ ਆ, ਉਹ ਵੀ ਨਾਲ ਨਾਲ ਕਰਵਾਵਾਂਗਾ, ਦੇਖ ਸਕਦੇ ਹੋ। ਹੁਣ ਇਹ ਹੋ ਗਿਆ। ਇਸ ਤੋਂ ਇਲਾਵਾ ਮੈਨੇਜਮੈਂਟ ਕੋਟਾ ਹੈ, ਜੇ ਤੁਸੀਂ ਟੈਸਟ ਨਹੀਂ ਦਿੱਤਾ ਉਹਨਾਂ ਦਾ ਇਲਾਜ ਵੀ ਹੈ, ਮੈਨੇਜਮੈਂਟ ਕੋਟਾ ਵਿੱਚ ਲੈ ਸਕਦੇ ਨੇ, ਠੀਕ। ਕਈ ਕਾਲਜਾਂ ਵਿੱਚ ਮੈਨੇਜਮੈਂਟ ਕੋਟੇ ਵਿੱਚ ਜ਼ਿਆਦਾ ਫੀਸ ਨਹੀਂ ਲਈ ਜਾ ਰਹੀ, ਅਜਿਹੇ ਹਨ ਹੈ ਨਾ, ਬਹੁਤ ਘੱਟ ਫੀਸ ਲਈ ਜਾ ਰਹੀ ਹੈ। ਜੇ ਤੁਹਾਨੂੰ ਅਜਿਹੀ ਕੋਈ ਵੀ ਪ੍ਰੋਬਲਮ ਆਉਂਦੀ ਹੈ, ਸੀਟ ਦੇ ਮਾਮਲੇ 'ਚ ਫੀਸ ਜ਼ਿਆਦਾ ਹੈ, ਕਿੱਥੇ ਘੱਟ ਹੋ ਸਕਦੀ ਹੈ, ਇਸ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੈ, 8427458843 'ਤੇ ਗੱਲ ਮੇਰੇ ਨਾਲ ਕਰ ਸਕਦੇ ਹੋ। ਹਾਂ, ਇਸ ਤੋਂ ਇਲਾਵਾ ਮੇਰੇ ਖਿਆਲ 'ਚ ਹਾਂ ਕਾਫੀ ਹੈ, ਤੁਸੀਂ ਉਹ ਕਰ ਦਿਓ, ਟੈਨਸ਼ਨ ਨਹੀਂ ਲੈਣਾ, ਮੈਨੇਜ ਕਰਨਾ ਹੈ ਆਪਣੀ ਜਿਹੜੀ ਵੀ, ਜਿਸ ਤਰ੍ਹਾਂ ਵੀ ਤੁਸੀਂ ਬੀਐਡ ਕਰ ਰਹੇ ਹੋ, 2 ਸਾਲ ਨੇ ਕਾਫੀ ਹੈ। ਪਰ ਮੈਂ ਪਿਛਲੀ ਫਰੋਮ ਬੀਐਡ ਟੂ ਗੌਰਮੈਂਟ ਜੋਬ 'ਚ ਬਾਰ ਬਾਰ ਇਹ ਦੱਸਿਆ ਹੈ ਕਿ ਬੀਐਡ 'ਚ ਮਾਰਕਸ ਦਾ ਫਾਇਦਾ ਜ਼ਿਆਦਾ ਨਹੀਂ ਹੈ, ਲਰਨਿੰਗ ਦਾ ਹੈ, ਮਾਸਟਰੀ ਲਰਨਿੰਗ ਦਾ ਹੈ। ਸੋ ਉਸ 'ਤੇ ਜ਼ੋਰ ਆਪਣੇ ਆਪ ਦਿਓ। ਸੋ ਕੋਈ ਵੀ ਕੰਟੈਂਟ ਉਸਦਾ ਪੜ੍ਹਨਾ ਹੈ, ਜਿਹੜੇ ਅਸੀਂ ਵੀ ਪੜ੍ਹਾਂਗੇ, ਤੁਸੀਂ ਇਸ ਵਿੱਚੋਂ ਦੇਖੋ, ਜਦੋਂ ਆਪਾਂ ਪੜ੍ਹਾਂਗੇ, ਮੈਂ ਇੱਥੇ ਪੜ੍ਹਾਵਾਂਗਾ, ਮੈਂ ਕਲਾਸ ਵਿੱਚ ਵੀ ਪੜ੍ਹਾਉਣਾ ਹੈ, ਤਾਂ ਮੈਂ ਉਹਦੇ ਵਿੱਚੋਂ ਵੀ MCQ ਕੁਐਸਚਨ ਦੱਸ ਦਿੰਦਾ ਹਾਂ, ਇੱਥੇ ਕੁਐਸਚਨ ਆਉਂਦਾ, ਉਹਦਾ ਆਨਸਰ ਆਹ ਹੁੰਦਾ ਹੈ। ਇੱਥੇ ਵੀ ਜਦੋਂ ਤੁਹਾਡੇ ਅਸੀਂ ਆਨਸਰ ਕੁਐਸਚਨ ਕਰਨੇ ਆ ਯੂਨੀਵਰਸਿਟੀ ਦੇ, ਹੈ ਨਾ, ਉਹ ਕੋਸ਼ਿਸ਼ ਕਰਾਂਗੇ ਕਿ ਨਾਲ ਨਾਲ ਹੀ ਜਿਹੜੀ ਟੈਟ ਦੀ ਤਿਆਰੀ ਹੈ ਨਾਲ ਨਾਲ ਥੋੜ੍ਹੀ ਥੋੜ੍ਹੀ ਨਾਲ ਨਾਲ ਹੁੰਦੀ ਰਹੇ। ਇਸ ਤੋਂ ਇਲਾਵਾ ਕੋਈ ਵੀ ਕੁਐਸਚਨ ਹੋਵੇ ਪੁੱਛ ਸਕਦੇ ਹੋ। ਥੈਂਕ ਯੂ।